ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਤਵਲੀਨ ਕੌਰ ਤੇ ਤੁਸੀਂ ਦੇਖ ਰਹੇ ਹੋ ਟੀਆਰਪੀ ਤੇ ਅੱਜ ਮੈਂ ਤੁਹਾਨੂੰ ਪਤਾ ਕੀ ਦੱਸਣ ਆਈ ਹਾਂ ਹੈਰੀਟੇਜ ਮਾਰਕੀਟ ਜੰਮੂ ਦੀ ਰਘੁਨਾਥ ਬਾਜ਼ਾਰ ਮਾਰਕੀਟ ਮੈਂ ਕਹਿੰਦੀ ਹਾਂ ਜਿਹਦੇ ਵਾਸਤੇ ਕਰੋੜਾਂ ਰੁਪਏ ਸੈਂਕਸ਼ਨ ਹੋਇਆ ਤੇ ਤੁਸੀਂ ਸਾਰੇ ਕਿੰਨੇ ਐਕਸਾਈਟਿਡ ਹੋਵੋਗੇ ਹੈਨਾ ਪਿੱਛੇ ਦੇਖੋ ਰਘੁਨਾਥ ਮੰਦਿਰ ਜ਼ਰਾ ਕੈਮਰੇ ਵਾਲੀ ਭੈਣ ਜੀ ਨੂੰ ਕਹਿੰਦਾ ਕੈਮਰਾ ਮਾਰਿਓ ਜ਼ਰਾ ਹਾਂਜੀ ਰਘੁਨਾਥ ਮੰਦਿਰ ਚੌਕ ਓ ਮਾਈ ਗੋਡ ਤੇ ਮੈਨੂੰ ਨਾ ਇੰਨੀ ਮਤਲਬ ਹੈਰੀਟੇਜ ਮਾਰਕੀਟ ਕਰੋੜਾਂ ਰੁਪਏ ਲੱਗੇ ਨੇ ਮੈਂ ਸੁਣਿਆ ਇਹਦੇ ਤੇ ਕਰੋੜਾਂ ਰੁਪਏ ਸੈਂਕਸ਼ਨ ਹੋਏ ਨੇ ਇਹਦੇ ਵਾਸਤੇ ਇਹਨੂੰ ਹੈਰੀਟੇਜ ਮਾਰਕੀਟ ਬਣਾਉਣ ਵਾਸਤੇ ਤੇ ਪਿੱਛੇ ਦੇਖੋ ਪਾਰਕਿੰਗ ਜ਼ੋਨ ਮੈਨੂੰ ਗੱਲ ਦੱਸੋ ਜਿਹੜੇ ਇਹ ਕਿ ਇਹ ਹੈਰੀਟੇਜ ਮਾਰਕਿੰਗ ਹੈ ਇਹ ਹੈਰੀਟੇਜ ਮਾਰਕੀਟ ਹੈ ਸੌਰੀ ਮੈਂ ਫੰਬਲ ਮਾਰ ਰਹੀ ਹਾਂ ਬਟ ਮੈਨੂੰ ਇੱਕ ਗੱਲ ਦੱਸੋ ਇਹ ਹੈਰੀਟੇਜ ਮਾਰਕੀਟ ਹੈ ਜਾਂ ਪਾਰਕਿੰਗ ਜ਼ੋਨ ਹੈ ਜਿੱਧਰ ਨਹੀਂ ਦੇਖੋ ਉੱਧਰ ਪਾਰਕਿੰਗ ਥੱਲੇ ਇੰਨੀ ਵੱਡੀ ਪਾਰਕਿੰਗ ਬਣਾਈ ਤੁਸੀਂ ਬੱਸ ਸਟੈਂਡ 'ਤੇ ਹੈ ਇੱਧਰ ਪਾਰਕਿੰਗ ਹੈ ਉੱਧਰ ਪਾਰਕਿੰਗ ਇਹ ਪਿੱਛੇ ਜੇ ਜਾਓ ਇੱਧਰ ਪਾਰਕਿੰਗ ਇੰਨੀ ਪਾਰਕਿੰਗ ਹੁਣ ਤੁਸੀਂ ਸੜਕਾਂ 'ਤੇ ਵੀ ਪਾਰਕਿੰਗ ਬਣਾ ਦਿੱਤੀ ਮੈਂ ਕਹਿੰਦੀ ਹਾਂ ਇਸ ਦੁਕਾਨ ਦੇ ਅੰਦਰ ਵੀ ਪਾਰਕਿੰਗ ਮੈਂ ਜਦੋਂ ਆਪਣੀ ਕੈਮਰੇ ਵਾਲੀ ਭੈਣ ਜੀ ਨੂੰ ਕਹਿੰਦਾ ਤੂੰ ਆਪਣੀ ਸਕੂਟੀ ਲਿਆ ਦੇ ਅੰਦਰ ਲਾ ਯਾਰ ਪਾਰਕਿੰਗ ਬਣਾਓ ਇੱਥੇ ਸਾਰੇ ਪਾਸੇ ਪਾਰਕਿੰਗ ਬਣਾ ਦਿਓ ਕੋਈ ਰਘੁਨਾਥ ਮੰਦਿਰ ਦੇ ਅੱਗੇ ਵੀ ਦੇਖੋ ਕਿੰਨੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਕੋਈ ਸ਼ਰਮ ਨਾ ਕੁਝ ਨਾ ਕੁਛ ਹੈ ਨਹੀਂ ਹੈ ਹਰ ਜਗ੍ਹਾ ਪਾਰਕਿੰਗ ਹੀ ਪਾਰਕਿੰਗ ਸਮਾਰਟ ਸਿਟੀ ਹੈ ਸਾਡੀ ਸਮਾਰਟ ਸਿਟੀ ਹੈ ਕੋਈ ਕਾਰ ਸਿਟੀ ਨਹੀਂ ਹੈ ਸਾਡੀ ਮੈਂ ਕਹਿੰਦੀ ਹਾਂ ਮੰਦਿਰਾਂ ਦਾ ਸ਼ਹਿਰ ਹਟਾ ਕੇ ਨਾ ਪਾਰਕਿੰਗ ਦਾ ਸ਼ਹਿਰ ਬਣਾ ਦਿਓ ਇਹਨੂੰ ਕਿਉਂਕਿ ਹਰ ਜਗ੍ਹਾ ਪਾਰਕਿੰਗ ਹੀ ਪਾਰਕਿੰਗ ਇੱਧਰ ਦੇਖੋ ਜ਼ਰਾ ਸੜਕ ਦੇ ਵਿੱਚ ਪਾਰਕਿੰਗ ਪ੍ਰਾਈਵੇਟ ਪਾਰਕਿੰਗ ਬਣਵਾ ਦਿੱਤੀ ਠੇਕਾ ਦੇ ਦਿੱਤਾ ਹੈ ਦੇਖੋ ਜ਼ਰਾ ਫਿਰ ਤੁਸੀਂ ਹੁਣ ਮੈਨੂੰ ਕਮੈਂਟਾਂ 'ਚ ਗਾਲਾਂ ਕੱਢਣੀਆਂ ਮੇਰਾ ਕਸੂਰ ਹੈ ਇਹ ਦੇਖੋ ਵਨ ਵੇ ਬਣਾ ਦਿੱਤਾ ਸੀ ਨਾ ਜਿਹੜੇ ਯਾਤਰੂ ਆਣਗੇ ਆ ਬਾਹਰ ਸੇ ਆਇਓ ਹਾਂ ਦੇਖੋ ਦੇਖੋ ਗੱਡੀ ਗਈ ਹੁਣ ਯਾਤਰੂ ਕਿੱਥੇ ਚੱਲੇ ਮੋਟਰਸਾਈਕਲ ਦੇ ਉੱਪਰ ਚੜੇ ਚੜ ਕੇ ਚੱਲੇ ਦੇਖੋ ਕਿੱਥੇ ਚੱਲਣਾ ਯਾਤਰੂ ਨੇ ਗੱਡੀਆਂ ਹੀ ਗੱਡੀਆਂ ਜਾਂਦੀਆਂ ਇੱਥੇ ਪਾਰਕਿੰਗ ਬਣਾ ਸੜਕ ਦੇ ਵਿੱਚ ਕਦੇ ਤੁਸੀਂ ਦੁਨੀਆ 'ਚ ਦੇਖਿਆ ਸੜਕ ਦੇ ਵਿੱਚ ਪਾਰਕਿੰਗ ਬਣਾਈ ਹੋਵੇ ਕਿਸੇ ਨੇ ਇਹ ਦੇਖੋ ਦੁਨੀਆ ਦਾ ਵੱਖਰਾ ਹੀ ਅਜੂਬਾ ਹੈ ਸਾਡਾ ਜੰਮੂ ਸ਼ਹਿਰ ਹੈ ਜਿਹੜਾ ਦੇਖੋ ਜ਼ਰਾ ਅੱਗੇ ਨਜ਼ਰ ਮਾਰਿਓ ਇਹ ਦੇਖੋ ਪਾਰਕਿੰਗ ਪਾਰਕਿੰਗ ਸੜਕ ਦੇ ਉੱਪਰ ਪਾਰਕਿੰਗ ਕੀ ਮਤਲਬ ਹੈਰੀਟੇਜ ਮਾਰਕੀਟ ਮੈਂ ਕਹਿੰਦੀ ਹਾਂ ਜੰਮੂ 'ਚ ਕੋਈ ਮਾਰਕੀਟ ਅਗਰ ਦੇਖਣ ਵਾਲੀ ਹੈ ਨਾ ਕਹਿੰਦੇ ਨੇ ਕਿ ਜਦੋਂ ਬਾਹਰੋਂ ਟੂਰਿਸਟ ਆਉਂਦੇ ਨੇ ਉਹਨਾਂ ਨੇ ਕਿਹੜੀ ਮਾਰਕੀਟ ਦੇਖਣੀ ਰਘੁਨਾਥ ਮਾਰਕੀਟ ਦੇਖਣੀ ਕਿਉਂਕਿ ਇੱਥੇ ਬਦਾਮ ਮਿਲਦੇ ਫੇਰਨ ਮਿਲਦੇ ਸਭ ਕੁਝ ਮਿਲਦਾ ਹੈ ਅੱਗੇ ਪਿੱਛੇ ਦੇਖੋ ਜ਼ਰਾ ਲੋਕ ਵੀ ਕਿੰਨੇ ਇਹ ਯਾਤਰੂ 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 ਅਤੇ ਯਾਤਰੂ ਕੀ ਦੇਖਣਗੇ ਪਾਰਕਿੰਗ ਦੇਖਣਗੇ ਮੈਂ ਕਹਿੰਦੀ ਹਾਂ ਜਿਸ ਸਿਟੀ ਨੂੰ ਸੁਧਾਰਨਾ ਉੱਥੇ ਤੁਸੀਂ ਪਾਰਕਿੰਗ ਬਣਾ ਖੜੀ ਹੈ ਅਤੇ ਹੋਰ ਕੀ ਹੋਣ ਕੀ ਉਮੀਦ ਕਰ ਸਕਦੇ ਹਾਂ ਅਸੀਂ ਕਿ ਸਮਾਰਟ ਸਿਟੀ 'ਚ ਹੋਰ ਕੀ ਹੋ ਸਕਦਾ ਮੈਂ ਤਾਂ ਕਹਿੰਦੀ ਮੇਰਾ ਘਰ ਵੀ ਤੁਸੀਂ ਪਾਰਕਿੰਗ ਹੀ ਬਣਾ ਦਿਓ ਅੰਕਲ ਜੀ ਨਾਲ ਗੱਲ ਕਰ ਰਹੇ ਹਾਂ ਅੰਕਲ ਜੀ ਇਹ ਤੁਹਾਨੂੰ ਜਿਹੜੀ ਇਹ ਪਾਰਕਿੰਗ ਹੈ ਪਾਰਕਿੰਗ ਤੋਂ ਪਰੇਸ਼ਾਨੀ ਆਉਂਦੀ ਕੋਈ ਨਹੀਂ ਪਾਰਕਿੰਗ ਤੋਂ ਪਰੇਸ਼ਾਨੀ ਇਹ ਦੁਕਾਨ ਵਾਲਿਆਂ ਨੂੰ ਪਰੇਸ਼ਾਨੀ ਆਉਂਦੀ ਪਾਰਕਿੰਗ ਦੀਵਾਰ ਬਣ ਜਾਂਦੀ ਹੈ ਗਾਹਕ ਨਹੀਂ ਅੰਦਰ ਜਾਂਦਾ ਅੱਛਾ ਤੇ ਇਹ ਕਹਿੰਦੇ ਵੀ ਨਾ ਹੈਰੀਟੇਜ ਮਾਰਕੀਟ ਬਣਨੀ ਹੈ ਇਹ ਬੰਨੀ ਇਹ ਕੰਨੇ ਨੇ ਟਾਈਮ ਲੱਗੇਗਾ ਜੇ ਬਣੇਗੀ ਟਾਈਮ ਲੱਗਣਾ ਹੈ ਅੱਛਾ ਤੇ ਅਲੀ ਉਹ ਟਾਈਮ ਲੱਗਣਾ ਹੈ ਕਿੰਨਾ ਟਾਈਮ ਲੱਗਣਾ ਹੋਰ 5-6 ਮਿੰਟ ਤੱਕ ਹੋ ਜਾਣੀ ਕੰਪਲੀਟ ਤੇ ਇਹ ਜਿਹੜੀ ਪਾਰਕਿੰਗ ਹੈ ਪ੍ਰਾਈਵੇਟ ਪਾਰਕਿੰਗ ਹੈ ਨਾ ਇਹ ਪ੍ਰਾਈਵੇਟ ਪਾਰਕਿੰਗ ਹੈ ਅੱਛਾ ਇਹ ਬੜੀ ਤਕਲੀਫ ਹੈ ਦੇਖੋ ਨਾ ਹੁਣ ਇੱਥੇ ਦੇਖੋ ਜਾਮ ਲੱਗ ਗਿਆ ਜਰਾ ਕੈਮਰੇ ਵਾਲੇ ਨੂੰ ਕਹਿੰਦੇ ਕਿ ਪਿੱਛੇ ਕੈਮਰਾ ਮਾਰਿਓ ਪੂਰੀ ਦੀਵਾਰ ਹੀ ਬਣੀ ਦੀ ਪੂਰੀ ਦੀਵਾਰ ਹੀ ਬਣੀ ਹੈ ਨਹੀਂ ਹੋਰ ਵੀ ਲੋਕਾਂ ਨੂੰ ਪੁੱਛਣੇ ਕਿੰਨੀ ਪਰੇਸ਼ਾਨੀ ਆ ਰਹੀ ਹੈ ਇੱਥੇ ਹੈ ਨਾ ਹੋਰ ਵੀ ਦੁਕਾਨਦਾਰ ਇੱਕ ਨੂੰ ਪੁੱਛਣੇ ਨਹੀਂ ਹੋਣੀ ਚਾਹੀਦੀ ਹਾਂ ਨਹੀਂ ਹੋਣੀ ਚਾਹੀਦੀ ਨਹੀਂ ਬਿਲਕੁਲ ਪਾਰਕਿੰਗ ਨਹੀਂ ਹੋਣੀ ਚਾਹੀਦੀ ਉਸ ਤੋਂ ਜ਼ਿਆਦਾ ਗਾਹਕ ਆਏਗਾ ਉਹ ਜ਼ਿਆਦਾ ਕਸਟਮਰ ਆਏਗਾ ਪਾਰਕਿੰਗ ਨਾ ਹੋ ਤਾਂ ਜ਼ਿਆਦਾ ਕਸਟਮਰ ਆਏਗਾ ਅੱਗੇ ਦੇਖੋ ਟ੍ਰੈਫਿਕ ਕਿੰਨਾ ਹੋ ਗਿਆ ਦੇਖੋ 1 ਮਿੰਟ ਗੱਡੀ ਰੁਕੀ ਤੇ ਕਿੰਨਾ ਟ੍ਰੈਫਿਕ ਹੋ ਗਿਆ ਇਹ ਜਿਹੜੀ ਪਾਰਕਿੰਗ ਹੈ ਤੁਹਾਡੇ ਇੱਥੇ ਸੜਕ ਦੇ ਉੱਪਰ ਜਿਹੜੀ ਪਾਰਕਿੰਗ ਬਣਾਈ ਹੈ ਇਹ ਤਾਂ ਤੁਹਾਨੂੰ ਪਰੇਸ਼ਾਨੀ ਹੈ ਮੈਡਮ ਜੀ ਇਹ ਗੱਲ ਪਰੇਸ਼ਾਨੀ ਤਾਂ ਹੈ ਹੀ ਹੈ ਕਿਉਂਕਿ ਪਾਰਕਿੰਗ ਹੈ ਜਿਹੜੀ ਤੇ ਪਾਰਕਿੰਗ ਲਈ ਜਗ੍ਹਾ ਬਥੇਰੀ ਬਣੀ ਜਾ ਅੱਗੇ ਪਿੱਛੇ ਤੇ ਗੱਡੀਆਂ ਉਧਰ ਹੀ ਲੱਗਣੀ ਚਾਹੀਦੀਆਂ ਹਾਂ ਇਹਾਂ ਅਸ ਦੇਖੋ ਕਿਤੇ ਵੀ ਘੁੰਮਣ ਜਾਂਦੇ ਆ ਨਾ ਕਿਤੇ ਵੀ ਜਾਂਦੇ ਆ ਤੇ ਉੱਥੇ ਇਸ ਤਰ੍ਹਾਂ ਦੀ ਪਾਰਕਿੰਗ ਕਿਤੇ ਵੀ ਨਹੀਂ ਹੈ ਤੁਸੀਂ ਕੁੱਲੂ ਜਾਓ ਮਨਾਲੀ ਜਾਓ ਜਿੱਥੇ ਵੀ ਜਾਓ ਕਿਉਂਕਿ ਇਹ ਨਾ ਟੂਰਿਸਟ ਮਾਰਕੀਟ ਹੈ ਇੱਥੇ ਟੂਰਿਸਟ ਦੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਕੁਛ ਚੀਜ਼ ਖਰੀਦਣੀ ਹੁੰਦੀ ਲੈਣੀ ਹੁੰਦੀ ਬੱਚੇ ਉਹਦੇ ਨਾਲ ਕਦੇ ਗੱਡੀਆਂ ਇੱਕ ਦੂਜੇ ਨਾਲ ਵੱਜਿਆ ਦੀਆਂ ਕਦੇ ਕੁਛ ਹੋਆ ਦਾ ਕੁਛ ਹੋਆ ਪ੍ਰੋਬਲਮ ਤਾਂ ਹੈ ਬਹੁਤ ਜ਼ਿਆਦਾ ਕਿਉਂਕਿ ਅਗਰ ਪਹਿਲੇ ਪਾਰਕਿੰਗ ਨਹੀਂ ਹੈ ਤਾਂ ਉਹ ਹਰ ਜਗ੍ਹਾ ਪਾਰਕਿੰਗ ਥੱਲੇ ਬੱਸ ਸਟੈਂਡ ਪਾਰਕਿੰਗ ਬਣ ਗਈ ਇੰਨੀ ਵੱਡੀ ਪਾਰਕਿੰਗ ਹਾਂ ਇੰਨੀ ਵੱਡੀ ਪਾਰਕਿੰਗ ਬੱਸ ਸਟੈਂਡ ਬਣ ਗਈ ਹੈ ਇੱਥੇ ਉੱਪਰ ਪਾਰਕਿੰਗ ਬਣ ਗਈ ਹੈ ਸ਼ਾਲਾਮਾਰ ਕਿ ਜਿੰਨੀ ਵੀ ਗੱਡੀਆਂ ਪਾਰਕਿੰਗ 'ਚ ਲੱਗਣ ਚਾਹੀਦੀਆਂ ਇੱਥੇ ਜਿਹੜਾ ਵੀ ਆਉਣਾ ਚਾਹੀਦਾ ਇੰਨਾ ਆਉਣਾ ਚਾਹੀਦਾ ਇਹ ਰੋਡ ਖੁੱਲ੍ਹਾ ਹੋਣਾ ਚਾਹੀਦਾ ਠੀਕ ਹੋਣਾ ਚਾਹੀਦਾ ਕੋਈ ਪ੍ਰੋਬਲਮ ਹੋਣੀ ਚਾਹੀਦੀ ਕਿਉਂਕਿ ਪ੍ਰੋਬਲਮ ਤਾਂ ਆਉਂਦੀ ਹੈ ਨਾ ਉਧਰੋਂ ਇੱਧਰ ਆ ਸਕਦਾ ਕਸਟਮਰ ਨਾ ਇੱਧਰ ਉੱਧਰ ਜਾ ਸਕਦਾ ਹਾਂ ਦੇਖੋ ਨਾ ਗੱਡੀਆਂ ਗੱਡੀਆਂ ਹਾਂ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹ ਨਹੀਂ ਹੈ ਵੀ ਨਹੀਂ ਪਰੇਸ਼ਾਨੀ ਜੀ ਜੀ ਹਾਂ ਕੱਲ੍ਹ ਛੁੱਟੀ ਹੈ ਠੀਕ ਹੈ ਚੱਲ ਠੀਕ ਹੈ ਪਾਰਕਿੰਗ ਕਰਨਾ ਇਹ ਥੋੜ੍ਹਾ ਪੰਗਾ ਲੱਗਦਾ ਉਹਦੀ ਮੇਰੇ ਨਾਲ ਜਾਮ ਲੱਗਦਾ